ਇਸ ਕਰਕੇ ਜਿਹੜਾ ਪੂੰਜੀਵਾਦੀ ਯੁੱਗ ਦੀ ਕਲਾ ਉਹਦੇ ਵਿੱਚ ਹੀ ਨਾਵਲ ਆਇਆ। ਪਹਿਲੇ ਯੁੱਗਾਂ 'ਚ ਅਸੀਂ ਮਹਾਂਕਾਵਿ ਵੇਖਦੇ ਹਾਂ, ਹੋਰ ਵੇਖਦੇ ਹਾਂ, ਅਤੇ ਖੁਦ ਨਾਵਲ। ਅਤੇ ਫਿਰ ਸਾਡੇ ਲਈ ਅੱਗੇ ਜਿਹੜਾ ਸਵਾਲ ਖੜਾ ਹੋ ਜਾਂਦਾ, ਮੈਂ ਸਵਾਲ ਹੀ ਥੋੜ੍ਹੇ ਜਿਹੇ ਖੜਾ ਕਰਾਂਗਾ, ਫਿਰ ਕਲਾ ਕਲਾ ਲਈ ਆ ਕਿ ਕਲਾ ਲੋਕਾਂ ਲਈ ਆ, ਇਹ ਸਵਾਲ ਸਾਡੇ ਲਈ ਬੜਾ ਖੜਾ ਹੋ। ਅਤੇ ਬਹੁਤ ਸਾਰੇ ਐਸੇ ਸਕੂਲ ਨੇ ਕਲਾ ਦੇ ਦੁਨੀਆਂ ਭਰ 'ਚ ਜਿਹੜੇ ਕਹਿੰਦੇ ਨੇ ਖੂਬਸੂਰਤੀ ਅਤੇ ਆਪਣੇ ਆਪ ਲਈ ਖੂਬਸੂਰਤੀ ਆ। ਇੱਕ ਖੂਬਸੂਰਤ ਬਹੁਤ ਵਧੀਆ ਰੋਟੀ ਹੋਵੇ, ਉਹਨੂੰ ਖਾ ਕੋਈ ਨਾ ਸਕੇ, ਠੀਕ ਹੈ, ਤਾਂ ਉਹਦਾ ਕੋਈ ਮੁੱਲ ਨਹੀਂ ਰਹਿੰਦਾ। ਤਾਂ ਫਿਰ ਇੱਕ ਧੜੇ ਵਾਲੇ ਐਸੇ ਨੇ ਵੀ ਜਿਹੜੀ ਕਲਾ ਲੋਕਾਂ ਦੇ ਲਈ ਹੋਣਾ ਚਾਹੀਦੀ। ਅਤੇ ਫਿਰ ਅਗਲਾ ਸਵਾਲ ਖੜਾ ਹੁੰਦਾ ਕਿ ਫਿਰ ਲੋਕ ਹੈ ਕੀ ਨੇ, ਕਿਉਂਕਿ ਹਰ ਸਮਿਆਂ ਦੇ ਵਿੱਚ ਲੋਕ ਵੀ, ਜਦੋਂ ਕਬਾਇਲੀ ਸਮਾਜ ਆ ਨਸਰਾਲੀ ਜੀ ਨੇ ਕਿਹਾ ਉਦੋਂ ਸਾਰੇ ਹੀ ਲੋਕ ਨੇ, ਕਿਉਂਕਿ ਕੋਈ ਐਸਾ ਨਹੀਂ ਜਿਹੜਾ ਯੋਗ ਹੋਵੇ। ਫਿਰ ਜਿਉਂ ਹੀ ਸਮਾਜ ਅੱਗੇ ਵੱਧਦਾ, ਸਮਾਜ ਦੀਆਂ ਲੋੜਾਂ ਦੇ ਅਨੁਸਾਰ ਪੈਦਾਵਾਰੀ ਤਰੱਕੀ ਹੁੰਦੀ ਆ, ਪੈਦਾਵਾਰੀ ਰਿਸ਼ਤਿਆਂ 'ਚ ਤਰੱਕੀ ਹੁੰਦੀ ਆ, ਉਹਦੇ ਵਿੱਚ ਪੈਦਾਵਾਰੀ ਸ਼ਕਤੀਆਂ 'ਚ ਤਰੱਕੀ ਹੁੰਦੀ ਆ, ਅਤੇ ਜਿਹੜਾ ਯੁੱਗ ਗੁਲਾਮਦਾਰੀ ਦਾ ਹੁੰਦਾ ਉਹਦੇ 'ਚ ਲੋਕ ਵੰਡੇ ਜਾਂਦੇ ਨੇ, ਉਹਦੇ 'ਚ ਜਿਹੜੇ ਗੁਲਾਮ ਨੇ ਅਤੇ ਜਿਹੜੇ ਗੁਲਾਮਾਂ ਦੇ ਹੱਕ 'ਚ ਖੜ੍ਹਦੇ ਨੇ ਉਹ ਲੋਕਾਂ ਦੀ ਕੋਟੀ 'ਚ ਆਉਂਦੇ ਨੇ, ਜਿਹੜੇ ਗੁਲਾਮਾਂ ਦੇ ਮਾਲਕ ਨੇ ਜਿਹੜੇ ਉਹਨਾਂ 'ਤੇ ਅੱਤਿਆਚਾਰ ਕਰਦੇ ਨੇ ਉਹ ਜੋਕਾਂ ਦੀ ਕੋਟੀ 'ਚ ਆਉਂਦੇ ਨੇ। ਇਸ ਤਰ੍ਹਾਂ ਹੀ ਅਗਲਾ ਸਮਾਜ ਜਿਹੜਾ ਜਗੀਰਦਾਰੀ ਆਉਂਦਾ ਉਹਦੇ 'ਚ ਆਮ ਕਿਸਾਨ ਜਿਹੜੇ ਲੋਕ ਨੇ, ਔਰ ਉਹ ਕਿਸਾਨੀ ਦੇ ਰੂਪ 'ਚ ਸਾਡੇ ਇੱਥੇ ਪੰਜਾਬ ਦੀ ਇਹ ਤਰਾਸਦੀ ਹੈ ਕਿ ਇੱਥੇ ਜੱਟ ਹੈ ਜਿਹੜਾ ਕਿਸਾਨ ਦੇ ਵਿੱਚ ਜ਼ਿਆਦਾ, ਔਰ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਆ ਉੱਥੇ ਖਾਨ ਅਤੇ ਦਹਿਤਾਨ ਅਲੱਗ ਅਲੱਗ ਨੇ, ਇੱਕ ਖਾਨ ਨੇ ਇੱਕ ਦਹਿਤਾਨ ਨੇ ਜਿਹੜੇ ਕਿਸਾਨ ਨੇ, ਅਤੇ ਉਸ ਸਮੇਂ ਕਿਸਾਨ ਹੀ ਜਿਹੜਾ ਨਾ ਲੋਕਾਂ ਦੀ ਕੋਟੀ 'ਚ ਆਉਂਦਾ। ਅੱਜ ਦੇ ਸਮੇਂ ਦੇ ਵਿੱਚ 4 ਕਿੱਲੇ ਵਾਲਾ ਕਿਸਾਨ, ਜਿੱਥੋਂ ਤੱਕ ਮੇਰੀ ਸਮਝ ਆ, ਕਿ ਉਸ ਕੋਲ ਵੀ ਕਾਰ ਹੈ, ਉਹ ਵੀ ਇੱਕ ਨੌਕਰ ਰੱਖਦਾ, ਉਹਦੇ ਘਰੇ ਵੀ ਪੋਚੇ ਵਾਲੀ ਹੈ, ਉਹਦਾ ਬੱਚਾ ਵੀ ਉੱਥੇ ਹੀ ਪੜ੍ਹਦਾ ਜਿੱਥੇ ਦੂਜੇ ਦਾ ਪੜ੍ਹਦਾ, ਉਹ ਜਿਹੜਾ ਹੈ ਲੋਕਾਂ ਦੀ ਕੋਟੀ 'ਚੋਂ ਨਿਕਲ ਗਿਆ ਹੈ। ਅੱਜ ਲੋਕਾਂ ਦੀ ਕੋਟੀ ਦੇ ਵਿੱਚ ਜਾਂ ਉਤਪਾਦਨ ਦੀ ਵਿਧੀ ਦੇ ਵਿੱਚ, ਉਤਪਾਦਨ ਦੇ ਫਲਾਂ ਨੂੰ ਕੌਣ ਲੈਂਦਾ, ਇਹ ਉਤਪਾਦਨ ਦੇ ਫਲਾਂ ਨੂੰ ਪੈਦਾ ਕੌਣ ਕਰਦਾ, ਉਹਦੇ 'ਚ ਕੀ ਪੁਜੀਸ਼ਨ ਹੈ, ਜਿਹੜੀ ਲੈਣ ਦੀ ਪਰਿਭਾਸ਼ਾ, ਉਹਦੇ ਅਨੁਸਾਰ ਅੱਜ ਦੇ ਸਮੇਂ ਦੇ ਵਿੱਚ ਮਜ਼ਦੂਰ ਹੀ ਉਹ ਲੋਕ ਆਉਂਦੇ ਨੇ ਜਿਹੜੇ ਲੋਕਾਂ ਦੀ ਕੋਟੀ 'ਚ ਆਉਂਦੇ ਨੇ। ਫਿਰ ਕਲਾ ਕਿਸ ਲਈ, ਅਤੇ ਅੱਗੇ ਆਉਂਦਾ ਕੀ ਕਲਾ ਦਾ ਰੋਲ ਕੀ ਹੈ, ਕਿ ਕੋਈ ਆਪਣੇ ਇੱਕ ਭਾਉ ਤਿਆ ਕੇ ਕਿਸੇ ਪਿੰਡ ਦੇ ਵਿੱਚ ਕੋਈ ਸ਼ਾਸਤਰੀ ਸੰਗੀਤ ਵਾਲਾ ਲੱਗ ਗਿਆ, ਸ਼ਾਸਤਰੀ ਸੰਗੀਤ ਨੂੰ ਸਮਝਦੇ ਤਾਂ ਉਹ ਨਹੀਂ ਸਨ, ਉਹਨੇ ਇੱਕ ਨੇ ਆਖਿਆ ਵੀ ਕੀ ਗੱਲ ਯਾਰ ਕਿਵੇਂ ਤੈਨੂੰ ਆ ਰਹੀ ਹੈ ਸਮਝ, ਉਹ ਆਉਂਦਾ ਮੈਨੂੰ ਲੱਗਦਾ ਇਹ ਜਿਹੜਾ ਸੰਗੀਤਕਾਰ ਆ ਮਰੂਗਾ ਥੋੜ੍ਹੇ ਦਿਨ, ਕਿਉਂ ਕਰੇ ਜਿਵੇਂ ਉਹਦੇ ਚੱਲਦਾ ਹੁੰਦਾ। ਉਹ ਕਹਿੰਦਾ ਤੈਨੂੰ ਕਿਵੇਂ ਪਤਾ, ਕਹਿੰਦਾ ਸਾਡਾ ਕੱਟਾ 3 ਦਿਨ ਇਉਂ ਕਰਦਾ ਰਿਹਾ ਸੀ, ਉਸ ਤੋਂ ਬਾਅਦ ਮਰ ਗਿਆ। ਕਲਾ ਜਿਹੜੀ ਆ, ਕਲਾ ਕਿਸ ਲਈ, ਕਲਾ ਕੀ ਯੁੱਗ ਬਦਲੀ ਨਹੀਂ ਕਿ ਕਲਾ ਉਸ ਸੀ, ਅਸੀਂ ਵੇਖਦੇ ਹਾਂ ਸਾਡੇ ਸਾਹਮਣੇ ਕੀ ਸੀ, ਕਿ ਪਹਿਲਾਂ ਸਾਡੀ ਸੁਰਤ ਦੇ ਵਿੱਚ ਹੀ ਪੱਕੀ ਹਵੇਲੀ ਕਿਸੇ ਦੀ ਹੋਇਆ ਕਰਦੀ ਸੀ, ਜਗੀਰ ਦਾ ਉਹਦਾ ਇੱਕ ਢੰਗ ਸੀ, ਪਿੱਛੇ ਔਰਤਾਂ ਨੇ ਅੱਗੇ ਲੋਕ ਆਉਂਦੇ ਸਨ, ਉਹ ਕਲਾ ਸੀ, ਮਹਿਰਾਬਦਾਰ ਸੀ, ਬੁਰਾਈ ਸੀ, ਕਿਉਂਕਿ ਲੈਂਟਰ ਨਹੀਂ ਸੀ। ਫਿਰ ਸਕੂਲ ਆ ਗਏ, ਹਸਪਤਾਲ ਦੀ ਕਲਾ ਆ ਗਈ, ਜੇ ਘਰ ਕਿਸੇ ਨੇ ਬਣਾਉਣਾ ਸੀ, ਸਟਾਫਤੀ ਕਲਾ ਦੀ ਮੈਂ ਗੱਲ ਕਰ ਰਿਹਾ ਜਿਸ 'ਚ ਇਮਾਰਤ ਸਾਜੀ ਨੂੰ ਸਟਾਫਤੀ ਕਲਾ ਕਿਹਾ ਜਾਂਦਾ, ਉਹਦੇ ਵਿੱਚ ਇਸ ਤਰ੍ਹਾਂ ਦੀ ਆ ਗਈ। ਲੋਕ ਵੀ ਉਵੇਂ ਹੀ ਘਰ ਬਣਾਉਣ ਲੱਗ ਗਏ, ਕਿ ਅੱਗੇ ਇੱਕ ਥੋੜ੍ਹਾ ਜਿਹਾ ਦਰਵਾਜ਼ਾ, ਇੱਕ ਬੈਠ ਖਾਣੀ, ਪਿਛਲੇ ਪਾਸੇ ਔਰਤਾਂ ਰਹਿੰਦੀਆਂ, ਔਰ ਪਸ਼ੂ ਹੁੰਦੇ, ਪਸ਼ੂ ਅੱਗੇ ਹੁੰਦੇ, ਕਹਿਣਾ ਪਸ਼ੂ ਇੱਕ ਅੱਗੇ ਰੱਖੋ। ਫਿਰ ਉਸ ਤੋਂ ਬਾਅਦ ਅਸੀਂ ਵੇਖਿਆ ਕਿ ਇਹ ਬਦਲੀ, ਕੋਠੀ ਦੀ ਕਲਾ ਆਈ, ਨਹੀਂ ਤਾਂ ਪਹਿਲੇ ਸਾਡੇ ਜ਼ਮਾਨਿਆਂ 'ਚ ਸੀ ਜਿਹੜੇ ਬੰਦੇ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਂਦੀ ਸੀ, 20 ਸਾਲੀ ਉਹ ਕੋਠੀ ਲੱਗਦੀ ਸੀ ਮਰਨ ਤੋਂ ਪਹਿਲਾਂ, ਉਹਦੇ ਵਿੱਚ ਕੋਠੀ ਦਾ ਮਤਲਬ ਸੀ ਵੀ ਉਹਦੇ ਅੰਦਰ ਹੀ ਉਹ ਲੈਟਰਿੰਗ ਕਰਦਾ ਸੀ, ਸਾਰਾ ਕੁਛ ਕੋਠੀ ਦੇ ਅੰਦਰ ਹੀ ਹੋਇਆ ਕਰਦਾ ਸੀ। ਲੇਕਿਨ ਉਹ ਕੋਠੀ ਵੀ ਜਦੋਂ ਆਈ ਉਹਦੇ 'ਚ ਬੁਲਾਈ ਹੁੰਦੀ ਸੀ, ਅੱਗੇ 6 ਵਧੇ ਹੁੰਦੇ ਸੀ, ਲੇਕਿਨ ਹੁਣ ਇਸ ਸਮੇਂ ਦੇ ਵਿੱਚ ਜਿਹੜੀ ਗ੍ਰਾਫਿਕ ਕਲਾਈ ਆ, ਬਿਲਕੁਲ ਮਕਾਨ ਸਿੱਧੇ, ਘੱਟ ਤੋਂ ਹਰ ਇੱਕ ਦੀ ਕਫਾਇਤ ਕਰੀ ਜਾਂਦੀ ਹੈ। ਪੂੰਜੀਵਾਦ 'ਚ ਜਿਵੇਂ ਪੈਸਾ ਉੱਥੇ ਹੀ ਲਾਇਆ ਜਾਂਦਾ, ਵੱਧ ਨਹੀਂ, ਸਫਾਈ ਕਿਹੜਾ ਕਰੂਗਾ, ਕੋਈ ਕਲਾਤਮਕਤਾ ਨਹੀਂ, ਕਿਸੇ ਦਰਵਾਜ਼ੇ ਦੇ ਉੱਤੇ ਮੋਰ ਘੁੱਗੀ ਨਹੀਂ ਖੁੱਲਿਆ, ਔਰਤਾਂ ਪੈ ਜਾਂਦੀਆਂ ਨੇ ਗੱਲ, ਇਹਨੂੰ ਸਾਫ਼ ਕਿਹੜਾ ਕਰੂਗਾ, ਉਹ ਕੱਪੜਾ ਆੜੇਗਾ ਵਿੱਚ, ਖੁਦ ਬੰਦਾ ਆਉਂਦਾ, ਇਹ ਤਾਂ ਫਿਰ ਮਿਹਨਤੀ ਬਾਹਰੋਂ ਕਰੇਗਾ, ਠੇਕੇਦਾਰ ਅਤੇ ਮਿਸਤਰੀ ਠੱਕ ਕੇ ਲੈ ਜਾਏਗਾ, ਬਿਲਕੁਲ ਸਿੱਧਾ ਪੂੰਜੀਵਾਦੀ ਕਲਾ। ਸੋ ਕਲਾ ਦੇ ਰੂਪ ਇਸ ਚੀਜ਼ਾਂ ਦਾ, ਕਲਾ ਕਲਾ ਲਈ, ਕਲਾ ਲੋਕਾਂ ਲਈ ਅਤੇ ਕਲਾ ਬਦਲੀ ਲਈ। ਲੈਨਨ ਨੇ ਇੱਕ ਬੜੀ ਗੱਲ ਕਹੀ ਸੀ, ਉਹ ਕਹਿੰਦਾ ਕਲਾ ਨੂੰ ਪਾਰਟੀ ਦੀ ਦਾ ਦੰਦਾ ਅਤੇ ਪੇਚ ਬਣ ਜਾਣਾ ਚਾਹੀਦਾ, ਪ੍ਰੋਲਤਾਰੀਏ ਪਾਰਟੀ। ਅੱਜ ਦੁਨੀਆਂ ਦੇ ਵਿੱਚ ਜੇ ਕੋਈ ਪ੍ਰੋਲਤਾਰੀ ਦੀ ਪਾਰਟੀ ਹੋਵੇ
ਜੇ ਕੋਈ ਮਜ਼ਦੂਰ ਜਮਾਤ ਦੀ ਪਾਰਟੀ ਹੋਵੇ ਉਹੀ ਮਜ਼ਦੂਰਾਂ ਦਾ ਇਨਕਲਾਬ ਕਰ ਸਕਦੀ ਹੈ, ਕਿਉਂਕਿ ਦੂਜੀਆਂ ਜਮਾਤਾਂ ਲੋਕਾਂ ਦੀਆਂ ਸ਼੍ਰੇਣੀਆਂ 'ਚ ਹੋ ਗਈਆਂ। ਜੇ ਪੌਲੋ ਫਰੇਰੋ ਦੀ ਕਿਤਾਬ ਪੜ੍ਹੋ ਤਾਂ ਪੀੜਤਾਂ ਦਾ ਸ਼ਿਕਸ਼ਾ ਸ਼ਾਇਦ ਹੈ। ਉਹਨੇ ਕਿਹਾ ਜਿਹੜੇ ਉਤਪੀੜਨ ਕਰਨ ਵਾਲੇ ਨੇ ਉਹ ਆਪਣੇ ਆਪ ਨੂੰ ਬਿਲਕੁਲ ਬਦਲਣ ਲਈ ਤਿਆਰ ਨਹੀਂ, ਕਿਉਂਕਿ ਉਹ ਛੱਡਣ ਨੂੰ ਤਿਆਰ ਨਹੀਂ ਉਸ ਚੀਜ਼। ਇਸ ਕਰਕੇ ਉਹਨਾਂ ਤੋਂ ਬਦਲੀ ਦੀ ਆਸ ਹੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਬਦਲ ਸਕਦੇ ਹੀ ਨਹੀਂ। ਇਸ ਕਰਕੇ ਉਹ ਆਪਣੇ ਆਪ ਨੂੰ ਵੀ ਨਹੀਂ ਬਦਲ ਸਕਦੇ, ਕਿਉਂਕਿ ਆਪਣੇ ਆਪ ਨੂੰ ਬਦਲ ਤੇ ਉਹ ਫਿਰ ਜ਼ਮੀਨ ਜਾਇਦਾਦ ਵਾਲਾ ਜੇ ਆਪਣੀ ਕੋਈ ਵੰਡ ਦੇ ਤਾਂ ਉਹ ਰਹਿੰਦਾ ਨਹੀਂ ਉਹ ਚੀਜ਼ ਨੂੰ। ਔਰ ਇਸੇ ਤਰ੍ਹਾਂ ਇਸ ਕਰਕੇ ਜਿਹੜਾ ਸਾਡੇ ਸਿੱਖਿਆ ਸ਼ਾਸਤਰ ਨੂੰ ਪਾਲੋ ਫਰੇਰੇ ਕਹਿੰਦਾ ਕਿ ਹੁਣ ਜਿਹੜਿਆਂ ਦਾ ਉਤਪੀੜਨ ਹੁੰਦਾ ਉਹਨਾਂ ਕੋਲ ਜਾਣਾ ਚਾਹੀਦਾ, ਉਹ ਆਪਣੇ ਉਤਪੀੜਨ ਨੂੰ ਹੀ ਖਤਮ ਨਹੀਂ ਕਰਨਗੇ। ਜਿਹੜੇ ਉਤਪੀੜਿਤ ਕਰਨ ਵਾਲੇ ਪੂੰਜੀ ਦੇ ਗੁਲਾਮ ਬਣੇ ਹੋਏ ਨੇ, ਹੋਰ ਪੂੰਜੀ ਆਪਣੇ ਭਰਾ ਦੀ ਪੂੰਜੀ ਵੀ ਖਿੱਚ ਲਓ, ਦੋਸਤਾਂ ਮਿੱਤਰਾਂ ਦੀ ਵੀ ਖਿੱਚ ਲਓ, ਜਿੱਥੋਂ ਮਿਲਦੀ ਉੱਥੇ ਹੀ ਪਾ ਲਓ, ਪੂੰਜੀ ਲਈ ਜਿਹੜੀ ਮਰਜ਼ੀ ਖੁੱਡ 'ਚ ਹੱਥ ਪਾ ਲਓ, ਉਸ ਨੂੰ ਵੀ ਬਦਲਣ 'ਚ ਕਾਮਯਾਬ ਹੋਣਗੇ। ਇਸ ਕਰਕੇ ਮੈਂ ਇਸ ਪਾਸੋਂ ਅਤੇ ਇੰਨੀ ਹੀ ਜਿਹੜੀ ਗੱਲ ਕਰਾਂਗਾ। ਹੁਣ ਬਹੁਤ ਸਾਰੀਆਂ ਸਾਥੀ ਨੇ ਇੱਕ ਗੱਲ ਕਰੀ ਆ ਅਲਵਿਦਾ ਗੁਰੂ ਸਾਰੀ, ਮੈਂ ਉਹਦੇ 'ਤੇ ਕੰਮ ਕਰ ਰਿਹਾ ਪਿਛਲੇ ਸਮੇਂ, ਯੂਟਿਊਬ 'ਤੇ ਦੇਖ ਸਕਦੇ ਹਾਂ। ਖਾਣਾ ਵੀ ਖਾਣਾ, ਉਸ ਤੋਂ ਬਾਅਦ ਵੀ ਇਕੱਠੀਆਂ ਗੱਲਾਂ ਚੱਲਦੀਆਂ। ਚਾਰ ਪੰਜ ਗੱਲਾਂ ਹੁਣ ਸਾਥੀ ਨੇ ਗੱਲ ਕਰੀ ਅਲਵਿਦਾ ਗੁਰੂ ਸਾਰੀ, ਮੈਂ ਪਿਛਲੇ ਦਿਨਾਂ 'ਤੇ ਪਹਿਲਾਂ ਅਧਿਆਪਕ ਵੀ ਕੰਮ ਕਰਿਆ। ਉਹਨਾਂ ਦਾ ਕੰਮ ਕਿਸ ਤਰ੍ਹਾਂ, ਜੇ ਤੁਸੀਂ ਨਾਵਲ ਪੜ੍ਹੋ ਟੋਲਸਟਾਏ ਦਾ, ਜੋ ਦੁਬੰਧਵਾਦੀ ਵਿਧੀ ਨਾਲ ਕੰਮ ਕਰਦੇ, ਉਹਦੇ ਗੁਣ ਵੀ ਦੇਖਦੇ ਨੇ, ਦੋਸ਼ ਵੀ ਵੇਖਦੇ ਨੇ ਕਿ ਚੀਜ਼ਾਂ ਕਿ ਕਿਸ ਤਰ੍ਹਾਂ। ਕਿਉਂਕਿ ਜਿਵੇਂ ਮਾਓ ਨੇ ਕਿਹਾ ਸੀ, ਜੇ ਯੁੱਧ ਰਾਤੋਂ ਰਾਤ, ਜੇ ਯੁੱਧ ਹੋ ਰਿਹਾ ਤਾਂ ਰਾਤੋਂ ਰਾਤ ਥੋੜ੍ਹਾ ਹੈ, ਜੇ ਸ਼ਾਂਤੀ ਪੱਕਦੀ ਹੈ ਤਾਂ ਰਾਤੋਂ ਰਾਤ ਥੋੜ੍ਹਾ ਪੱਕਦੀ ਹੈ। ਇਹ ਤਾਂ ਬਹੁਤ ਲੰਬੇ ਸਮੇਂ ਦਾ ਇੱਕ ਪ੍ਰੋਸੈਸ ਹੁੰਦਾ। ਹੁਣ ਉਹਦੇ 'ਚ ਅਲਵਿਦਾ ਗੁਰਸਾਰੀ ਵੀ ਪੜ੍ਹੋ, ਪਹਿਲਾਂ ਅਧਿਆਪਕ ਵੀ ਪੜ੍ਹੋ, ਉਹਦੇ 'ਚ ਵੀ ਉਹ ਗੱਲਾਂ ਆ ਜਾਂਦੀਆਂ ਕਿ ਅਧਿਆਪਕ ਦੇ ਨਾਂ 'ਤੇ ਨਹੀਂ ਰੱਖਦੇ ਉਹ, ਇੱਕ ਬੁਲਾਉਂਦੇ ਨੇ ਤਾਂ ਬਹੁਤ ਵੱਡੀ ਤਾਦਮਿਸ਼ਨ ਨੂੰ ਬੁਲਾਉਂਦੇ ਨੇ। ਔਰ ਉਹਦੇ 'ਚ ਲਾਸਟ 'ਤੇ ਜਿਹੜਾ ਉਹਨਾਂ ਦਾ ਨਾਵਲ ਪੜ੍ਹਨਾ ਚਾਹੀਦਾ, ਜੇ ਨਸਰਾਲੀ ਜੀ ਹੁਣ ਉਹਨਾਂ ਦਾ ਜਿਹੜਾ ਲਾਸਟ ਦਾ ਨਾਵਲ ਹੈ ਚੰਗੇਜ ਇਤਮੰਦ ਉਹਦਾ, ਉਹਦਾ ਨਾਂ ਹੈ ਕਸੰਦਰਾ ਦਾਗ। ਕਸੰਦਰਾ ਦਾਗ 'ਚ ਉਹ ਕਰਦਾ ਕਿ ਧਰਮ ਨੂੰ, ਰਾਜਨੀਤਿਕਾਂ ਨੂੰ, ਪੂੰਜੀਪਤੀਆਂ ਨੂੰ, ਸਹੁਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ, ਇੱਥੇ ਡਿੱਗ ਜਾਂਦਾ ਤਾਂ ਤਾਰ ਹੋ ਜਾਂਦੀ। ਜਿਸ ਪੱਧਰ 'ਤੇ ਲੰਮੇ ਸਮੇਂ 'ਤੇ ਸੋਵੀਅਤ ਰੂਸ ਦਾ ਸਮਾਜ ਜਾਂਦਾ ਜਾਂਦਾ ਪੂੰਜੀਵਾਦ ਵੱਲ ਨੂੰ ਵਧਣ ਚੱਲਿਆ, ਉਹਦਾ ਨਤੀਜਾ ਇਹੀ ਹੋਣਾ ਸੀ, ਕਿਉਂਕਿ ਜਿਹੜਾ ਲੇਖਕ ਹੁੰਦਾ ਉਹਦਾ ਅਕਸ਼ਰ। ਇਸੇ ਕਰਕੇ ਨਾ ਜੇ ਕਮਲ ਜੀ ਦੇ ਨਾਵਲਾਂ ਨੂੰ ਆਪਾਂ ਲਈਏ, ਇੰਨਿਆਂ 'ਚ ਉੱਠਾ ਸੂਰਮਾ ਜਦੋਂ CPI CPM ਦਾ ਸੰਸ਼ੋਧਨਵਾਦ ਖੜ ਗਿਆ, ਉਹਨਾਂ ਦਾ ਇਹ ਹੈ। ਲੇਕਿਨ ਉਹਦਾ ਨਾਇਕ ਕਿਹੜਾ? ਉਹਦਾ ਨਾਇਕ ਛੋਟਾ ਮਾਲਕ ਹੀ ਹੈ। ਉਹ ਛੋਟੇ ਮਾਲਕ ਸਾਡੀ ਵੀ ਬੇਨਤੀ ਨੂੰ ਸੁਣ ਲਓ, ਪਲੀਜ਼ ਸੁਣ ਲਓ, ਮੇਰੀ ਸੁਣ ਲਓ ਪਹਿਲਾਂ। ਅਸੀਂ ਨਾ ਤਾਂ ਤੁਸੀਂ ਅੱਜ ਹੀ ਆਏ ਹੋ, ਇਸੇ ਸਾਈਡ ਇੱਕ ਮਿੰਟ ਪਲੀਜ਼, ਮੈਂ ਇੰਨਾ ਹੀ ਕਹਿ ਕੇ ਨਾ, ਤੁਸੀਂ ਨਾ ਹੁਣ ਆਪਾਂ ਇਹਨੂੰ ਸੰਖੇਪ ਵਿੱਚ ਸੁਣ ਲਿਆ, ਆਪਾਂ ਨਾ ਅੱਗੇ ਬੋਲਦਾ, ਮੈਂ ਅੱਗੇ ਨਹੀਂ ਬੋਲਦਾ, ਪਲੀਜ਼ ਮੇਰੀ ਸੁਣੋ ਜੀ ਗੱਲ। ਇਹ ਸ਼ੁੱਧ ਸਪੀਕ ਪ੍ਰਬੰਧਕ ਨੇ, ਇਉਂ ਨਹੀਂ ਹੋਣਾ ਜੀ ਕੰਮ, ਪਲੀਜ਼ ਇਉਂ ਨਹੀਂ ਚੱਲਦਾ, ਤੁਸੀਂ ਨਾ ਡਿਸਾਈਡ ਕਰੋ, ਮੈਂ ਇਉਂ ਨਾ ਕਰੋ, ਬਹੁਤ ਸਮਾਂ ਹੋ ਗਿਆ, ਉਹ ਪਿੱਛੇ ਤੇ ਨਹੀਂ, ਇੱਥੇ ਹੀ ਛੱਡਦਾ, ਕਿਉਂਕਿ ਉਹਨਾਂ ਦੇ ਨਾਵਲਾਂ ਤੇ ਵਿਚਾਰਧਾਰਾ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਆ ਰਹੀਆਂ ਉਹਨਾਂ 'ਤੇ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਮੈਂ ਕੋਈ ਗੱਲ ਕਹਿ ਕੇ ਕਿ ਜਨਵਾਦ ਸ਼ਬਦ ਇਕੱਲਾ ਲਿਆ ਕੋਈ ਪੂਰਤੀ ਨਹੀਂ ਕਰਦਾ। ਜਨਵਾਦ ਉਦੋਂ ਵੀ ਸੀ ਜਦੋਂ ਕਬਾਇਲੀ ਲੋਕ ਸਨ, ਜਨਵਾਦ ਉਦੋਂ ਵੀ ਸੀ ਗੁਲਾਮ ਮਾਲਕਾਂ ਦਾ, ਮਾਲਕ ਫੈਸਲਾ ਕਰਦੇ ਸੀ, ਜਨਵਾਦ ਜਗੀਰਦਾਰੀ ਦੇ ਅੰਦਰ ਸੀ, ਜਨਵਾਦ ਪੂੰਜੀਵਾਦ ਦੇ ਅੰਦਰ ਉਹ ਅਨੁਵਾਦ ਕਰਦੇ ਨੇ। ਇਸ ਕਰਕੇ ਪੂੰਜੀਵਾਦੀ ਜਨਵਾਦ ਜੇ ਸਵੀਡਨ ਨਾਰਵੇ 'ਚ ਹੈ, ਉਹ ਸਮਾਜਵਾਦੀ ਜਨਵਾਦ ਦੀ ਜਗ੍ਹਾ ਨਹੀਂ ਲੈ ਸਕਦਾ। ਧੰਨਵਾਦ।